ਨਮਸਕਾਰ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਰਜਿੰਦਰ ਕੌਰ ਸੈਣੀ ਪਾਲਾਪੇਸ਼ ਨੇ ਚੋਣਮੀਆਂ ਖਬਰਾਂ ਸੰਸਦ ਦੇ ਮੌਨਸੂਨ اجلاس ਦੌਰਾਨ ਵਿਰੋਧੀ ਪਾਰਟੀਆਂ ਦੇ ਰੌਲੇ ਰੱਪੇ ਕਾਰਨ ਅੱਜ ਫਿਰ ਦੋਵਾਂ ਸਦਨਾਂ ਦੀ ਕਾਰਵਾਈ ਪ੍ਰਭਾਵਿਤ ਲੋਕ ਸਭਾ ਵਿੱਚ ਦਿਵਾਲੀਆਪਨ ਕੋਰਸੋਧ ਬਿੱਲ ਪੇਸ਼ ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨੋਲੋਜੀ ਬਿੱਲ ਫੈਕਟਰੀਂਗ ਰੈਗੂਲੇਸ਼ਨ ਸੋਧ ਬਿੱਲ ਪਾਸ ਕੀਤਾ ਲੋਕ ਸਭਾ ਦਿਨ ਪਰ ਲਈ ਮੁਲਤਵੀ ਕਾਰਗਿਲ ਦਿਵਸ 'ਤੇ 22ਵੇਂ ਵਰੇਗੰਡ ਮੌਕੇ ਅੱਜ ਰਾਸ਼ਟਰ ਆਪਣੇ ਸ਼ਹੀਦਾਂ ਨੂੰ ਚੇਤੇ ਕਰ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਸਥਿਤ ਡੈਗਰ ਵਾਰ ਮੈਮੋਰੀਅਲ ਵਿਖੇ ਕਾਰਗਿਲ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਕਾਰਗਿਲ ਵਿਜੇ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਿਕਾਂ ਦੇ ਬਲਦਾਨ ਤੇ ਬਹਾਦਰੀ ਨੂੰ ਚੇਤੇ ਕਰਦਿਆਂ ਨਿੱਘੀਆਂ ਸ਼ਰਧਾਂਜਲੀਾਂ ਭੇਟ ਕੀਤੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੌਮੀ ਜੰਗੀ ਯਾਦਗਾਰ ਤੇ ਫੁੱਲ ਮਾਲਾ ਮਾ ਪੇਂਟ ਕਰਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕੀਤੀਆਂ ਪੰਜਾਬ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲੇ ਗਏ ਤੇ ਬੱਚੇ ਲੰਬੇ ਸਮੇਂ ਤੋਂ ਬਾਅਦ ਸਕੂਲ ਵਿੱਚ ਆ ਕੇ ਬੇਹੱਦ ਖੁਸ਼ ਨਜ਼ਰ ਆਏ ਪੰਜਾਬ ਦੇ ਸਿਹਤ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਕਰੋਨਾ ਦੀ ਤੀਜੀ ਲਹਿਰ ਦੇ ਟੱਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਤੇ 올림픽 ਵਿੱਚ ਭਾਰਤ ਨੂੰ ਪਹਿਲਾ ਚਾਂਦੀ ਦਾ ਤਮਗਾ ਦਿਲਾਉਣ ਵਾਲੀ ਭਾਰ ਤੋਲਕ ਮੀਰਾਬਾਈ ਚਾਨੂ ਦੇ ਵਤਨ ਵਾਪਸ ਪਰਤਣ ਤੇ ਨਿੱਘਾ ਸਵਾਗਤ। ਦੇਖੋਨ ਖਬਰਾਂ ਵਿਸਥਾਰ ਨਾਲ ਸੰਸਦ ਦੇ ਮੌਨਸੂਨ اجلاس ਦੌਰਾਨ ਅਜ ਫੇਰ ਲੋਕ ਸਭਾ ਤੇ ਰਾਜ ਸਭਾ ਦੋਵੇਂ ਸਦਨਾਂ ਦੀ ਕਾਰਵਾਈ ਵਿਰੋਧੀ ਪਾਰਟੀਆਂ ਦੇ ਰੌਲੇ ਰੱਪੇ ਕਾਰਨ ਪ੍ਰਭਾਵਿਤ ਹੋਈ। ਸਵੇਰੇ 11 ਵਜੇ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਸਦਨ ਨੇ کارਗਲ ਵੀਜੇ ਦਿਵਸ ਦੀ 22ਵੀਂ ਬਰੇਗਣ ਮੌਕੇ ਸ਼੍ਰੀ ਧਨੁਸ਼ਰ ਦਾ ਅੰਛਲੀ ਦਿੱਤੀ। ਲੋਕ ਸਭਾ ਵੱਲੋਂ ਟੋਕੀਓ 올림픽 ਖੇਡਾਂ ਵਿੱਚ weight lifting ਵਿੱਚ ਮੀਰਾਬਾਈ ਚਾਨੂ ਵੱਲੋਂ ਸਿਲਵਰ ਮੈਡਲ ਜਿੱਤਣ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮਗਰੋਂ ਜਦ ਸਦਨ ਦਾ ਕੰਮਕਾਜ ਸ਼ੁਰੂ ਹੋਣ ਦਾ ਸਮਾਂ ਆਇਆ ਤਾਂ ਵਿਰੋਧੀ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਦੇ ਸਾਹਮਣੇ ਜਾ ਕੇ ਪੈਗਾਸਸ ਜਾਂ ਸ ਵਿਰੋਧ ਵਿੱਚ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਰੋਧੀ ਪਾਰਟੀਆਂ ਦੇ ਮੈਂਬਰ ਇਹਨਾਂ ਮੁੱਦਿਆਂ ਤੇ ਸਰਕਾਰ ਦਾ ਜਵਾਬ ਮੰਗ ਰਹੇ ਸਨ। ਸਪੀਕਰ ਓਮ ਵਿਰਲਾ ਨੇ ਵਿਰੋਧਕਾਰ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਬੈਠਣ ਦੀ ਵਾਰ-ਵਾਰ ਅਪੀਲ ਕੀਤੀ ਪਰ ਉਹਨਾਂ ਨੇ ਇਸ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਸਪੀਕਰ ਵੱਲੋਂ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਬਾਅਦ ਵਿੱਚ ਵੀ ਸਦਨ ਵਿੱਚ ਵਿਗੰਨ ਜਾਰੀ ਰਿਹਾ। ਰੋਲੇ ਰੱਪੇ ਦਰਮਿਆਨ ਵੀ ਲੋਕ ਸਭਾ ਵਿੱਚ ਦਿਵਾਲੀਆਪਨ ਕੋਡ ਸੋਧ ਬਿੱਲ ਪੇਸ਼ ਕੀਤਾ ਗਿਆ ਸਦਨ ਨੇ ਨੈਸ਼ਨਲ ਇੰਸਟੀਚਿਊਟ ਇੰਸਟੀਚਿਊਟ ਆਫ ਫੂਡ ਟੈਕਨੋਲੋਜੀ ਉਦਮਤਾ ਅਤੇ ਪ੍ਰਬੰਧ ਬਿੱਲ 2021 ਪਾਸ ਕਰ ਦਿੱਤਾ ਸਦਨ ਵੱਲੋਂ ਫੈਕਟਰੀਂਗ ਰੈਗੂਲੇਸ਼ਨ ਸੋਧ ਬਿੱਲ ਵੀ ਪਾਸ ਕਰ ਦਿੱਤਾ ਗਿਆ ਉਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ ਉਧਰ ਰਾਜ ਸਭਾ ਵਿੱਚ ਵੀ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਪੈਗਾਸਸ ਜਸੋਸੀ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਸ਼ੋਰ ਸ਼ਰਾਬਾ ਕੀਤਾ ਉਪ ਸਭਾਪਤੀ ਹਰੀਵੰਸ਼ ਨੇ ਸੰਸਦ ਮੈਂਬਰਾਂ ਨੂੰ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਆਖਿਆ ਪਰ ਸ਼ੋਰ ਸ਼ਰਾਬੇ ਵਿੱਚ ਕੁਝ ਜੀ ਸੁਣਾਈ ਨਹੀਂ ਦੇ ਰਿਹਾ ਸੀ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਸਦਨ ਵਿੱਚ ਨਾਰੇਬਾਜ਼ੀ ਜਾਰੀ ਰੱਖੀ ਜਿਸ ਤੇ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਅਤੇ ਫਿਰ 2 ਵਜੇ ਤੱਕ ਮੁਲਤਵੀ ਕਰਨੀ ਪਈ ਇਸ ਤੋਂ ਪਹਿਲਾਂ ਰਾਜ ਸਭਾ ਨੇ ਟੋਕੀਓ 올림픽ਸ ਵਿੱਚ ਮੀਰਾਬਾਈ ਚਾਨੂ ਵੱਲੋਂ ਸਿਲਵਰ ਮੈਡਲ ਜਿੱਤਣ ਤੇ ਵਧਾਈ ਦਿੱਤੀ ਅਤੇ 1999 ਦੀ ਕਾਰਗਿਲ جنگ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਰਾਜ ਸਭਾ ਜਦ 2 ਵਜੇ ਮੁੜ ਜੁੜੀ ਤਾਂ ਵਿਰੋਧੀ ਪਾਰਟੀਆਂ ਦੇ ਰੌਲੇ ਰੱਪੇ ਕਾਰਨ ਕਾਰਵਾਈ ਅੱਗੇ ਨਹੀਂ ਚੱਲ ਸਕੀ ਅਤੇ ਸਦਨ ਨੂੰ ਬਾਅਦ ਦੁਪਹਿਰ 3 ਵਜੇ ਤੱਕ ਅਤੇ ਉਸ ਤੋਂ ਬਾਅਦ 4 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਕਾਰਗਿਲ ਦਿਵਸ ਤੇ 22ਵੇਂ ਵਰੇਗੰਡ ਮੌਕੇ ਅੱਜ ਰਾਸ਼ਟਰ ਆਪਣੇ ਸ਼ਹੀਦਾਂ ਨੂੰ ਚੇਤੇ ਕਰ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਸਥਿਤ ਡੈਗਰਵਾਰ ਮੈਮੋਰੀਅਲ ਵਿਖੇ ਕਾਰਗਿਲ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਉਹਨਾਂ ਸ਼ਹੀਦਾਂ ਦੀ ਯਾਦਗਾਰ ਤੇ ਫੁੱਲਮਾਲਾ ਮਾ ਪੇਂਟ ਕਰਕੇ ਉਹਨਾਂ ਦੇ ਪਰਮ ਬਲੀਦਾਨ ਨੂੰ ਚੇਤੇ ਕੀਤਾ। ਇਸ ਮੌਕੇ ਵਿਜ਼ਟਰ ਬੁੱਕ ਵਿੱਚ ਆਪਣੇ ਸੁਨੇਹੇ ਵਿੱਚ ਰਾਸ਼ਟਰਪਤੀ ਨੇ ਲਿਖਿਆ ਕਿ ਰਾਸ਼ਟਰ 19ਵੀ ਇਨਫੈਂਟਰੀ ਡਿਵੀਜ਼ਨ ਦੇ ਆਪਣੇ ਸਾਰੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਸਲਾਮ ਕਰਦਾ ਹੈ ਜੋ ਬਹੁਤ ਹੀ ਮੁਸ਼ਕਲ ਥਾਂਾਂ ਤੇ ਖਰਾਬ ਮੌਸਮ ਵਿੱਚ ਆਪਣੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਬਹਾਦਰ ਸੈਨਿਕਾਂ ਨੇ ਬੇਜੋੜ ਬਹਾਦਰੀ, ਹੌਂਸਲੇ ਅਤੇ ਬਲਦਾਨ ਦੀਆਂ ਵਿਲੱਖਣ ਮਿਸਾਲਾਂ ਪੇਸ਼ ਕੀਤੀਆਂ। ਰਾਸ਼ਟਰਪਤੀ ਨੇ ਕਿਹਾ ਕਿ ਡੈਗਰ ਜੰਗੀ ਯਾਦਗਾਰ ਉਹਨਾਂ ਬਹਾਦਰ ਸੈਨਿਕਾਂ ਪ੍ਰਤੀ ਮਾਣ ਜਗਾਉਂਦਾ ਹੈ ਜਿਨ੍ਹਾਂ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਵਿਜ਼ਟਰ ਬੁੱਕ ਵਿੱਚ ਉਹਨਾਂ ਨੇ ਲਿਖਿਆ ਕਿ ਯਾਦਗਾਰ ਦੇਸ਼ ਦੇ ਲੋਕਾਂ ਨੂੰ ਭਾਰਤੀ ਫੌਜ ਦੀਆਂ ਉੱਚ ਕਦਰਾਂ ਕੀਮਤਾਂ ਬਾਰੇ ਸਿੱਖਿਆ ਦੇਣ ਤੋਂ ਇਲਾਵਾ ਉਹਨਾਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ ਇਸ ਮੌਕੇ ਰਾਸ਼ਟਰਪਤੀ ਨੇ ਚਨਾਰਕੋਟ ਦੇ ਜਵਾਨਾਂ ਤੇ ਅਧਿਕਾਰੀਆਂ ਅਤੇ ਗੁਲਮਰਗ ਦੇ ਵਾਰਫੇਅਰ ਸਕੂਲ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਇਸ ਸਕੂਲ ਵਿੱਚ ਦੁਰਗਮ ਥਾਮਾਂ ਤੇ ਜੰਗ ਦੀ ਸਖਲਾਈ ਅਤੇ ਸਿੱਖਿਆ ਦਿੱਤੀ ਜਾਂਦੀ ਹੈ ਆਪਣੇ ਜੰਮੂ ਕਸ਼ਮੀਰ ਦੌਰੇ ਦੌਰਾਨ ਭਲਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ਼੍ਰੀਨਗਰ ਸਥਿਤ ਯੂਨੀਵਰਸਿਟੀ ਆਫ ਕਸ਼ਮੀਰ ਦੇ 19ਵੇਂ ਸਾਲਾਨਾ ਕਨਵੋਕੇਸ਼ਨ ਸਮਾਗਮ ਨੂੰ ਵੀ ਸੰਬੋਧਨ ਕਰਨਗੇ ਕਾਰਗਿਲ ਵਿੱਚ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ جنگ ਵਿੱਚ ਜਾਨਾਂ ਗਵਾਉਣ ਵਾਲੇ ਬਹਾਦਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਅਸੀਂ ਉਹਨਾਂ ਸੈਨਿਕਾਂ ਦੇ ਬਲੀਦਾਨ ਅਤੇ ਬਹਾਦਰੀ ਨੂੰ ਚੇਤੇ ਕਰਦੇ ਹਾਂ ਜਿਨ੍ਹਾਂ ਨੇ ਤੇਜ ਸੀ ਰੱਖਿਆ ਕਰਦੇ ਹਾਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਨਰਿੰਦਰ ਮੋਦੀ ਨੇ ਕਿਹਾ ਕਿ ਇਹਨਾਂ ਸੈਨਿਕਾਂ ਦੀ ਬਹਾਦਰੀ ਸਾਨੂੰ ਹਰ ਰੋਜ਼ ਪ੍ਰੇਰਨਾ ਦਿੰਦੀ ਹੈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਸਥਿਤ ਕੌਮੀ ਜੰਗੀ ਯਾਦਗਾਰ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀਆਂ। ਉਹਨਾਂ 1999 ਵਿੱਚ ਆਪਰੇਸ਼ਨ ਵਿਜੇ ਦੌਰਾਨ ਆਪਣੀਆਂ ਜਾਨਾਂ ਵਾਰ ਕੇ ਭਾਰਤ ਨੂੰ ਜਿੱਤ ਦਿਵਾਉਣ ਵਾਲੇ ਬਹਾਦਰ ਸੈਨਿਕਾਂ ਨੂੰ ਚੇਤੇ ਕੀਤਾ। ਜੰਗੀ ਯਾਦਗਾਰ ਵਿਖੇ ਵਿਸਟਰ ਬੁੱਕ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰ ਸੈਨਿਕਾਂ ਦੇ ਬਲਦਾਨ ਨੂੰ ਕਦੇ ਨਹੀਂ ਭੁਲਾ ਸਕਦਾ। ਉਹਨਾਂ ਲਿਖਿਆ ਕਿ ਦੇਸ਼ ਹਮੇਸ਼ਾ ਹੀ ਆਪਣੇ ਸੈਨਿਕਾਂ ਦੀ ਬਹਾਦਰੀ ਲਈ ਉਹਨਾਂ ਦਾ ਰਿਣੀ ਰਹੇਗਾ ਅਤੇ ਉਹਨਾਂ ਦੇ ਆਦਰਸ਼ਾਂ ਤੇ ਚੱਲਦਾ ਰਹੇਗਾ। ਰਾਜਨਾਥ ਸਿੰਘ ਤੋਂ ਇਲਾਵਾ ਰੱਖਿਆ ਰਾਜ ਮੰਤਰੀ ਅਜੇ ਪਟ ਚੀਫ ਆਫ ਦਾ 에ਅਰ ਸਟਾਫ 에ਅਰ ਮਾਰਸ਼ਲ ਆਰ ਕੇ ਐਸ ਪਦੌੜੀਆ ਚੀਫ ਆਫ ਆਰਮੀ ਸਟਾਫ ਜਨਰਲ ਐਮ ਐਮ ਨਰਵਣੇ ਅਤੇ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਵੀ ਕੌਮੀ ਜੰਗੀ ਯਾਦਗਾਰ ਤੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਇਸ ਮੌਕੇ ਰੱਖਿਆ ਮੰਤਰਾਲਾ ਦੇ ਸੀਨੀਅਰ ਸਿਵਲ ਅਤੇ ਫੌਜੀ ਅਧਿਕਾਰੀ ਵੀ ਮੌਜੂਦ ਸਨ ਕਾਰਗਿਲ ਯੁੱਧ ਕੇ ਮਹਾਨ ਸ਼ੂਰਵੀਰੋ ਨੇ ਭਾਰਤ ਦੀ ਰੱਖਿਆ ਦਾ ਸਵਰਣੀ ਮੱਧਿਆ ਹੈ ਆਪਣੇ ਸ਼ੌਰੀ ਪਰਾਕਰਮ ਅਤੇ ਬਲੀਦਾਨ ਸੇ ਲਿਖਾ ਹੈ कठिन और प्रतिकूल परिस्थितियों के बावजूद भारतीय सेना ने कारगिल में जो विजय प्राप्त की वह अपने आप में अतुलनीय है मैं कारगिल युद्ध में वीर गति प्राप्त करने वाले सभी वीर सैनिकों के परिवारों को फिर से यह भरोसा देना चाहता हूं कि यह देश उनके बलिदान को उनकी स्मृति को कभी नहीं भूल सकता ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀਓ ਬਲਿੰਕਨ ਪਲਕੇ ਆਪਣੀ ਪਹਿਲੀ ਭਾਰਤ ਯਾਤਰਾ ਤੇ ਨਵੀਂ ਦਿੱਲੀ ਪਹੁੰਚਣਗੇ ਇਸ 2 ਦਿਨਾਂ ਯਾਤਰਾ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਆਪਣੇ ਭਾਰਤੀ ਹਮੋਦਾ ਐਸ ਜੈ ਸ਼ੰਕਰ ਅਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਕਰਨਗੇ ਵਿਦੇਸ਼ ਮੰਤਰਾਲਾ ਅਨੁਸਾਰ ਅਮਰੀਕੀ ਵਿਦੇਸ਼ ਮੰਤਰੀ ਦੀ ਯਾਤਰਾ ਦੋਵੇਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਦੀ ਇੱਕ ਕੜੀ ਹੈ ਅਤੇ ਇਸ ਨਾਲ ਦੋਵੇਂ ਮੁਲਕਾਂ ਦੀ ਵਿਸ਼ਵਵਤ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤੀ ਮਿਲੇਗੀ ਗੱਲਬਾਤ ਦੌਰਾਨ ਦੋਵੇਂ ਟੀਰਾ ਬਹੁਪੱਖੀ ਅਤੇ ਮਜ਼ਬੂਤ ਸਬੰਧਾਂ ਦੀ ਸਮੀਖਿਆ ਕਰਨਗੇ ਅਤੇ ਇਹਨਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੀਆਂ ਸੰਭਾਵਨਾਵਾਂ ਤੇ ਚਰਚਾ ਕਰਨਗੇ ਇਸ ਮੁਲਾਕਾਤ ਦੌਰਾਨ ਖੇਤਰੀ ਅਤੇ ਵਿਸ਼ਵ ਮਾਮਲਿਆਂ ਤੇ ਚਰਚਾ ਹੋਏਗੀ ਜਿਸ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਆਮ ਵਰਗੀ ਸਥਿਤੀ ਦੀ ਬਹਾਲੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਅਫਗਾਨਿਸਤਾਨ ਅਤੇ ਸੰਯੁਕਤ ਰਾਸ਼ਟਰ ਵਿੱਚ ਸਹਿਯੋਗ ਦੇ ਮੁੱਦੇ ਸ਼ਾਮਲ ਨੇ ਪਾਲਕ ਵੀ ਅਫਗਾਨਿਸਤਾਨ ਸੈਨਾ ਦੇ ਮੁਖੀ ਜਨਰਲ ਵਲੀ ਮੁਹੰਮਦ ਵੀ ਦੋ ਦਿਨਾਂ ਦੌਰੇ ਤੇ ਭਾਰਤ ਆ ਰਹੇ ਨੇ ਇਸ ਦੌਰਾਨ ਉਹ ਭਾਰਤੀ ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਣੇ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਟੋਵਾਲ ਨਾਲ ਗੱਲਬਾਤ ਕਰਨਗੇ ਭਾਰਤ ਵਿੱਚ ਬੀਤੇ ਦਿਨ 39361 ਕਰੋਨਾ ਮਾਮਲੇ ਦਰਜ ਹੋਏ ਅਤੇ ਇਸ ਸਮੇਂ ਦੌਰਾਨ ਕਰੋਨਾ ਕਾਰਨ 416 ਮੌਤਾਂ ਹੋਈਆਂ ਦੇਸ਼ ਵਿੱਚ ਹੁਣ ਤੱਕ ਕਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਕੁੱਲ ਸੰਖਿਆ 3 ਕਰੋੜ 14 ਲੱਖ 11262 ਹੋ ਗਈ ਹੈ ਜਦ ਕਿ ਇਸ ਮਹਾਮਾਰੀ ਕਾਰਨ 420967 ਲੋਕਾਂ ਦੀਆਂ ਜਾਨਾਂ ਗਈਆਂ ਨੇ ਮੌਜੂਦਾ ਸਮੇਂ ਦੇਸ਼ ਵਿੱਚ 411191 ਐਕਟਿਵ ਕਰੋਨਾ ਮਾਮਲੇ ਨੇ ਹੁਣ ਤੱਕ 3 ਕਰੋੜ 5 ਲੱਖ 79 ਹਜ਼ਾਰ ਤੋਂ ਵੱਧ ਲੋਕ ਕਰੋਨਾ ਤੋਂ ਠੀਕ ਹੋ ਚੁੱਕੇ ਨੇ ਕੇਂਦਰੀ ਸਿਹਤ ਮੰਤਰਾਲੇ ਅਨਸਾਰ ਕੌਮੀ ਟੀਕਾਕਰਨ ਮਹਿੰਮ ਤੈਅ ਤ ਹੋਣ ਤੱਕ 43 ਕਰੋੜ 51 ਲੱਖ ਤੋਂ ਵੱਧ ਕਰੋਨਾ ਟੀਕੇ ਲਗਾਏ ਜਾ ਚੁੱਕੇ ਨੇ ਬੀਤੇ ਦਿਨ ਦੇਸ਼ ਭਰ ਵਿੱਚ 18 ਲੱਖ ਤੋਂ ਵੱਧ ਕਰੋਨਾ ਟੀਕੇ ਲਗਾਏ ਗਏ कोरोना ਕਾਰਨ ਲੰਬੇ ਸਮੇਂ ਤੋਂ ਬੰਦ ਪਏ ਸਕੂਲਾਂ ਨੂੰ ਅੱਜ ਪੜਾਅਵਾਰ ਢੰਗ ਨਾਲ ਖੋਲਣ ਦੀ ਸ਼ੁਰੂਆਤ ਹੋਈ ਪੰਜਾਬ ਵਿੱਚ ਅੱਜ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲੇ ਗਏ ਅਤੇ ਬੱਚੇ ਲੰਬੇ ਸਮੇਂ ਤੋਂ ਬਾਅਦ ਸਕੂਲ ਵਿੱਚ ਆ ਕੇ ਬੇਹੱਦ ਖੁਸ਼ ਨਜ਼ਰ ਆਏ ਇਸ ਦੌਰਾਨ ਸਕੂਲਾਂ ਵੱਲੋਂ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਜ਼ਿਕਰ ਹੋਇਆ ਕਿ ਅਧਿਆਪਕਾਂ ਦੇ ਕੋਵਿਡ ਟੀਕਾਕਰਨ ਤੋਂ ਬਾਅਦ ਹੀ ਉਹਨਾਂ ਨੂੰ ਸਕੂਲ ਵਿੱਚ ਆਉਣ ਦੀ ਆਗਿਆ ਦਿੱਤੀ ਗਈ ਹੈ ਵਿਦਿਆਰਥੀ ਵੀ ਮਾਸਕ ਪਾ ਕੇ ਸਕੂਲਾਂ ਵਿੱਚ ਦਾਖਲ ਹੋਏ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਦਾਖਲਾ ਗੇਟ ਤੇ ਹੀ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ ਕਲਾਸਾਂ ਵਿੱਚ ਵੀ ਵਿਦਿਆਰਥੀਆਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਮਹਾਲੀ ਸਥਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਰੈਗੂਲਰ ਕਲਾਸਾਂ ਤੇ ਅਧਿਆਪਕਾਂ ਨਾਲ ਆਮੋ-ਸਾਹਮਣੇ ਬੈਠ ਕੇ ਚਰਚਾ ਕਰਦਿਆਂ ਪੜ੍ਹਾਈ ਸ਼ੁਰੂ ਕਰਨ ਤੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਆਨਲਾਈਨ ਕਲਾਸਾਂ ਦੌਰਾਨ ਇੰਟਰਨੈਟ ਦੇ ਟੁੱਟਣ ਕਾਰਨ ਕਈ ਵਾਰ ਬਹੁਤੀਆਂ ਦਿੱਕਤਾਂ ਆਉਂਦੀਆਂ ਸਨ ਅਤੇ ਹੁਣ ਉਹ ਸਿੱਧਾ ਹੀ ਅਧਿਆਪਕਾਂ ਦੇ ਸਾਹਮਣੇ ਬੈਠ ਕੇ ਉਹਨਾਂ ਪਾਸੋਂ ਸਿੱਖਿਆ ਗ੍ਰਹਿਣ ਕਰ ਸਕਣਗੇ। ਲੰਬੇ ਸਮੇਂ ਤੋਂ ਬਾਅਦ ਆਪਣੇ ਮਿੱਤਰਾਂ ਤੇ ਅਧਿਆਪਕਾਂ ਨੂੰ ਮਿਲ ਕੇ ਇਹ ਵਿਦਿਆਰਥੀ ਬਹੁਤ ਖੁਸ਼ ਸਨ। ਉਹਨਾਂ ਦਾ ਕਹਿਣਾ ਸੀ ਕਿ ਉਹ ਸਕੂਲਾਂ ਵਿੱਚ ਸਖਤ ਮਿਹਨਤ ਨਾਲ ਆਪਣੀ ਪੜ੍ਹਾਈ ਕਰਕੇ ਲਾਕਡਾਊਨ ਦੌਰਾਨ ਪਏ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਮੈਂ ਸਰਕਾਰੀ ਹਾਈ ਸਕੂਲ ਜਿਸ ਮੁਹੱਲੇ 'ਚ ਠਿਕੜਾ ਹੈ ਅਰਹਿੰ। ਤੇ ਮੇਰਾ ਵੈਕਸੀਨੇਸ਼ਨ ਹੋ ਚੁੱਕੀ ਹੈ। ਤੇ ਅੱਜ ਤੋਂ ਸਾਡੇ ਸਕੂਲਾਂ 'ਚ ਬੱਚੇ ਕੁਝ ਬੱਚੇ ਸਾਡੇ ਸਕੂਲ ਆਏ ਨੇ। ਬਹੁਤ ਖੁਸ਼ਕਿਸਮਤ ਨੇ ਲੱਗੇ ਜਿਹੜੇ ਬੱਚੇ ਸਾਡੇ ਸਕੂਲ ਆਏ ਨੇ। ਅਸੀਂ ਸਕੂਲ ਦੇ ਰੂਪ ਚੁਨਾਵ ਰਹੇ ਹਾਂ ਇਸ ਤਾਂ ਹੈ। ਸੈਨੀਟਾਈਜ਼ਰ ਇਹਨਾਂ ਦੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਦੇ ਲਈ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਹੋਇਆ ਵੀ ਬ੍ਰੇਕ ਦੇ ਵਿੱਚ ਵੀ ਤੁਸੀਂ ਇੱਕ ਦੂਸਰੇ ਦੇ ਨਾਲ ਮਿਲਣਾ ਜੁਲਣਾ ਜ਼ਿਆਦਾ ਨਹੀਂ ਹੈ ਥੋੜੀ ਆਪਣੀ ਦੂਰੀ ਬਣਾ ਕੇ ਰੱਖਣੀ ਹੈ ਔਰ ਅਸੀਂ ਇਹਨਾਂ ਨੂੰ ਕਲਾਸ ਦੇ ਵਿੱਚ ਵਧੀਆ ਢੰਗ ਦੇ ਨਾਲ ਅੱਜ ਪੜਾ ਰਹੇ ਹਾਂ ਜਿਹੜਾ ਬੱਚਿਆਂ ਨੂੰ ਵੀ ਅੱਛਾ ਲੱਗ ਰਿਹਾ ਔਰ ਐਜ਼ ਅ ਟੀਚਰ ਸਾਨੂੰ ਵੀ ਬਹੁਤ ਨੂੰ ਬਹੁਤ ਅੱਛਾ ਲੱਗਿਆ ਟੈਂਟ ਵੀ ਮੈਂ ਪੜ੍ਹਤੀ ਹਾਂ ਮੈਂ ਸਰਕਾਰੀ ਦੇ ਸਮਾਜ ਦੇ ਸਕੂਲ ਮੈਂ ਪੜ੍ਹਤੀ ਹਾਂ बहुत अच्छा लग रहा है मुझे स्कूल में आते वैसे तो आज घर पे इतनी पढ़ाई नहीं होती जितनी स्कूल में होती है जो टीचर समझाते हैं वो समझ आता है जैसे ऑनलाइन वो क्लाइंट में हुई ऑनलाइन मुझे बिल्कुल समझ नहीं आता है अपने दोस्तों से मिलकर मुझे बहुत खुशी हुई स्कूल में मास्क पा रहे हैं बाहर क्लास के सैनिटाइजर रखा है लगाने के लिए गवर्नमेंट हाई स्कूल मास्टर का स्टूडेंट था मैं कितने मतलब टाइम बाद स्कूल जाकर बहुत अच्छा लग रहा है आई कैन मीट माई टीचर्स एंड माई फ्रेंड्स एंड आई कैन नॉट अंडरस्टैंड मोर प्रॉपरली ਮੈਨੂੰ ਬਹੁਤ ਬਹੁਤ ਅੱਛਾ ਲੱਗਿਆ ਇੱਕ ਲੌਕਡਾਊਨ ਤੋਂ ਬਾਅਦ ਸਕੂਲ ਆ ਕੇ ਵੀ ਕਾਰ ਹੁਣ ਜਿੰਨੇ ਵੀ ਡਾਊਟਸ ਹੋਣਗੇ ਉਹ ਮੈਂ ਸਾਰੇ ਟੀਚਰਸ ਨੂੰ ਅੱਜ ਹੀ ਪੁੱਛ ਸਕਦੀਆਂ ਅਦਰਵਾਇਜ਼ ਆਨਲਾਈਨ ਵਿੱਚ ਕਈ ਵਾਰ ਕਨੈਕਸ਼ਨ ਡਿਸਕਨੈਕਟ ਹੋ ਜਾਂਦੇ ਸੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਕਰੋਨਾ ਦੀ ਤੀਜੀ ਲਹਿਰ ਦੇ ਟੱਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ ਬੀਤੇ ਦਿਨੀ ਮੋਗਾ ਕੋਟ ਈਸੇਖਾਂ ਸੜਕ ਤੇ ਵਾਪਰੇ ਦਰਦਨਾਕ ਸੜਕ ਹਾਸੇ ਤੇ ਜ਼ਖਮੀਆਂ ਦਾ ਮੋਗਾ ਦੇ ਸਿਵਲ ਹਸਪਤਾਲ ਵਿੱਚ ਹਾਲ ਪੁੱਛਣ ਆਏ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਪਹਿਲੀ ਅਤੇ ਦੂਜੀ ਕਰੋਨਾ ਲਹਿਰ ਦੇ ਮੁਕਾਬਲੇ ਇਸ ਸਮੇਂ ਸਿਹਤ ਵਿਭਾਗ 25% ਵੱਧ ਮਰੀਜ਼ਾਂ ਦੇ ਇਲਾਜ ਦਾ ਦੇ ਸਮਰੱਥ ਹੈ ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਆਕਸੀਜਨ ਦੀ ਕਮੀ ਦੂਰ ਕਰਨ ਲਈ 78 ਪੀਐਸਏ ਪਲਾਂਟ ਸਥਾਪਿਤ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਆਕਸੀਜਨ ਟੈਂਕਰਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਹਸਪਤਾਲ ਦੇ ਆਪਣੇ ਦੌਰੇ ਦੌਰਾਨ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਨਾਲ ਪੂਰੀ ਤਰ੍ਹਾਂ ਖੜੀ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਤੋਂ ਇਲਾਵਾ ਉਹਨਾਂ ਦੇ ਮੁਫਤ ਇਲਾਜ ਦਾ ਐਲਾਨ ਕਰ ਦਿੱਤਾ ਸੀ ਇਹ ਕੋਈ ਥਰਡ ਵੇਵ ਦੀ ਗੱਲ ਇਹ ਹੈ ਕਿ ਅਸੀਂ ਆਪਣਾ ਜਿਹੜਾ ਸਿਸਟਮ ਸਾਰਾ ਉਹ ਸਟਰੈਂਥਨਰ ਕਰਨ ਜਾ ਰਹੇ ਕੀਤਾ ਹੈਗਾ ਹੋਰ ਕਰਨ ਜਾ ਰਹੇ ਆ ਤੇ ਤਕਰੀਬਨ 78 ਦਾ ਸੀ ਜਿਹੜੇ ਪੀਐਸਏ ਪਲਾਂਟ ਆਕਸੀਜਨ ਵਾਲੇ ਉਹ ਅਸੀਂ ਇੰਸਟਾਲ ਕਰ ਜਾ ਰਹੇ ਹਾਂ ਕੁਝ ਹੋ ਗਏ ਨੇ ਕੁਝ ਹੋਣ ਵਾਲੇ ਨੇ ਫਿਰ ਲਿਕਵਿਡ ਮੈਡੀਕਲ ਟੈਂਕਰ ਨੇ ਉਹ ਵੀ ਅਸੀਂ ਲਾ ਰਹੇ ਹਾਂ ਹਸਪਤਾਲਾਂ ਦੇ ਵਿੱਚ ਮੰਤਰੀ ਜੀ ਸੁਣੋ ਇੱਕ ਮਿੰਟ ਸੁਣ ਤਾਂ ਲਓ ਉਹ ਲਾ ਰਹੇ ਆ ਪਲੱਸ ਅਸੀਂ ਬੈੱਡ ਵੀ ਪਚੜਣ ਵਧਾ ਰਹੇ ਆ ਜੇ 25% ਤੋਂ ਵੱਧ ਪੇਸ਼ੈਂਟ ਆ ਜਾਂਦੇ ਹੁਣ ਨਾਲੋਂ ਤਾਂ ਵੀ ਸਾਡੇ ਕੋਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਿਹੜੀ ਲਾਸਟ ਟਾਈਮ ਆਕਸੀਜਨ ਦੀ ਸਾਡੇ ਕੋਲੇ ਭਾਵੇਂ ਹਿੰਦੁਸਤਾਨ ਤੋਂ ਬਹੁਤ ਸਾਰ ਨੂੰ ਘੱਟ ਮਿਹਰੀ ਸੈਂਟਰ ਗਵਰਨਮੈਂਟ ਤੋਂ ਪਰ ਅਸੀਂ ਆਪਣੀ ਇੰਡਸਟਰੀ ਨੂੰ ਰੋਕ ਕੇ ਪਰ ਆਪਣਾ ਇੱਕ ਵੀ ਜਾਨੀ ਨੁਕਸਾਨ ਆਕਸੀਜਨ ਦੇ ਕੇ ਨਹੀਂ ਹੁੰਦਕਾ ਬਰਾਦਰ ਟੋਕੀਓ 올림픽 ਖੇਡਾਂ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੌਲਕਮੀਰਾ ਬਾਈ ਚਾਨੂ ਅੱਜ ਵਤਨ ਵਾਪਸ ਪਰਤਾਈ ਦਿੱਲੀ ਹਵਾਈ ਅੱਡੇ ਤੇ ਚਾਨੂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਚਾਨੂ ਨੇ ਕਿਹਾ ਕਿ 2016 ਦੀਆਂ 올림픽 ਖੇਡਾਂ ਵਿੱਚ ਮੈਡਲ ਤੋ ਖੁੰਜਨ ਮਗਰੋਂ ਉਸਨੇ ਬਹੁਤ ਮਿਹਨਤ ਕੀਤੀ ਚਾਨੂ ਨੇ ਕਿਹਾ ਕਿ ਟੋਕੀਓ 올림픽 ਖੇਡਾਂ ਵਿੱਚ ਮੈਡਲ ਜਿੱਤਣਾ ਇੱਕ ਬਹੁਤ ਵੱਡੀ ਚੁਣੌਤੀ ਸੀ ਉਸਨੇ ਮੰਨਿਆ ਕਿ ਲੋਕਾਂ ਦੀਆਂ ਉਮੀਦਾਂ ਦਾ ਦਬਾਅ ਸੀ ਪਰ ਉਸਨੇ ਆਪਣੇ ਮਨ ਨਾਲ ਖੇਡਿਆ ਮੇਰੇ ਲਈ ਇਹ ਬਹੁਤ ਹੀ ਚੈਲਿੰਜਿੰਗ ਹੋਇਆ ਥਾ ਕਿ ਜਦ से मेरा हमारी दोनों सर का सपने थे ओलंपिक में मेडल जीतना तो वो हम मैंने टू थाउजेंड से हमने पूरा तैयार की थी थाउजेंड सिक्सटीन जी ओलंपिक है तो उसी में हमारी फर्स्ट ओलंपिक पे थे तो थोड़ा तो नर्वस भी हो गया था तो मैं हम मेरा मेडल मिस हो गया था उसी के बाद हमने पूरा मेहनत की थी कि हमने ट्रेनिंग चेंज किया कैसे करना है रियो से मैंने बहुत सारी सीखी है तो उसी के बाद हमने पूरा दिल से मेहनत किया इतना हार्ड वर्क ਯਾ ਤਾਂ ਇਹ 5 ਸਾਲ ਅਸੀਂ ਨੇ ਪੂਰਾ ਸੈਕ੍ਰੀਫਾਈਸ ਕਰਕੇ ਅਸੀਂ ਇਹ ਟੋਕੀਓ 올림픽 ਮੈਂ ਇੱਕ ਮੈਡਲ ਲੈਣੇ ਲਈ ਅਸੀਂ ਬਹੁਤ ਹੀ ਮਿਹਨਤ ਕੀਤੀ ਔਰ ਬਹੁਤ ਸਾਰੀ ਸੈਕ੍ਰੀਫਾਈਸ ਕੀਤਾ ਟੋਕੀਓ 올림픽ਸ ਵਿੱਚ ਭਾਰਤ ਦੀ ਮਨਿਕਾ ਬਾਤਰਾ ਟੇਬਲ ਟੈਨਿਸ ਮੁਕਾਬਲੇ ਦੇ ਮਹਿਲਾ ਸਿੰਗਲਸ ਵਿੱਚ ਆਸਟਰੀਆ ਦੀ ਸੋਫੀਆ ਪੋਲਕਨੋਵਾ ਤੋਂ ਸਿੱਧੇ ਸੈਟਾਂ ਵਿੱਚ ਹਾਰਨ ਮਗਰੋਂ ਖੇਡ ਤੋਂ ਬਾਹਰ ਹੋ ਗਈ ਹੈ ਪੋਲਕਨੋਵਾ ਨੇ ਮਨਿਕਾ ਨੂੰ 0-4 ਨਾਲ ਹਰਾਇਆ ਇਸ ਤੋਂ ਪਹਿਲਾਂ ਮਨਿਕਾ ਅਚੰਤ ਚਰਤ ਕਮਲਨਾਲ ਖੇਡੇ ਮਿਕਸਡ ਡਬਲ ਮੁਕਾਬਲੇ ਤੋਂ ਵੀ ਬਾਹਰ ਹੋ ਗਈ ਸੀ ਓਲੰਪਿਕਸ ਖੇਡਾਂ ਦੇ ਚੌਥੇ ਦਿਨ ਦੀ ਸ਼ੁਰੂਆਤ ਭਾਰਤ ਨੇ ਕਈ ਖੇਡਾਂ ਵਿੱਚ ਜਿੱਤ ਨਾਲ ਕੀਤੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਭਾਰਤੀ ਖਿਡਾਰੀਆਂ ਨੂੰ ਲਗਾਤਾਰ ਹਾਰ ਨਸੀਬ ਹੁੰਦੀ ਗਈ ਲਗਾਤਾਰ ਤੇਜ਼ੇ ਦਿਨ ਭਾਰਤੀ ਨਿਸ਼ਾਨੇਬਾਜ਼ਾਂ ਨੇ ਨਿਰਾਸ਼ ਕੀਤਾ ਇਸ ਦੌਰਾਨ ਟੋਕੀਓ ਵਿੱਚ ਖੇਡ ਰਹੀ ਇੱਕਮਾਤਰ ਭਾਰਤੀ ਤਲਵਾਰਵਾਜ਼ ਭਵਾਨੀ ਦੇਵੀ ਨੇ ਪਹਿਲੇ ਰਾਉਂਡ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਪਰ ਉਹ ਦੂਜੇ ਰਾਉਂਡ ਵਿੱਚ ਹਾਰ ਗਈ ਇਸ ਤੋਂ ਇਲਾਵਾ ਮਰਦਾਂ ਦੀ ਤੀਰਅੰਦਾਜ਼ੀ ਟੀਮ ਨੂੰ ਕੁਆਰਟਰਫਾਈਨਲ ਵਿੱਚ ਮਜ਼ਬੂਤ ਕੋਰੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦ ਕਿ ਟੈਨਿਸ ਵਿੱਚ ਸੁਮਿਤ ਨਾਗਲ ਦੂਜੇ ਰਾਉਂਡ ਵਿੱਚ ਵੀਸ਼ਵ ਦੇ ਨੰਬਰ 2 ਖਿਡਾਰੀ ਡੇਨਲ ਮੇਦੇਵੇ ਦੇਪ ਤੋਂ ਸਿੱਧੇ ਸੱਟਾਂ ਨਾਲ ਹਾਰ ਗਏ ਟੇਬਲ ਟੈਨਿਸ ਵਿੱਚ ਮਨਿਕਾ ਬੱਤਰਾ ਦਾ ਵੀ 올림픽 ਸਫਰ ਖਤਮ ਹੋ ਗਿਆ ਏ ਮੁੱਕੇਬਾਜ਼ੀ ਵਿੱਚ ਵੀ ਭਾਰਤੀ ਮੁੱਕੇਬਾਜ਼ ਅਸ਼ੀਸ਼ ਕੁਮਾਰ ਚੌਧਰੀ ਹਾਰ ਗਏ ਨੇ ਜਦ ਕਿ ਤਰਾਕੀ ਵਿੱਚ 사જન પ્રકાશ 200 ਮੀਟਰ ਬਟਰਫਲਾਈ ਵਰਗ ਦੇ ਹੀਟ 2 ਵਿੱਚ ਚੌਥੇ ਸਥਾਨ ਤੇ ਰਹੇ ਤੇ ਜ਼ਨਾਲੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਧੰਨਵਾਦ